ਅੱਜ ਗੱਲ ਕਰਾਂਗੇ ਕੈਨੇਡਾ ਦੀ ਧਰਤੀ ਉੱਪਰ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸਿੱਖ ਸ਼ਹੀਦ, ਜਿਸ ਨੇ ਇੱਕ ਬਦਨਾਮ ਅੰਗਰੇਜ਼ ਅਫਸਰ ਨੂੰ ਕੈਨੇਡਾ ਦੇ ਕੋਰਟ ਵਿੱਚ ਜਾ ਕੇ ਗੋਲੀ ਮਾਰੀ ਸੀ। ਤੁਸੀਂ ਸਭ ਨੂੰ ਸ਼ਹੀਦ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ ਵਰਗੇ ਯੋਧਿਆਂ ਬਾਰੇ ਤਾਂ ਜ਼ਰੂਰ ਪਤਾ ਹੋਵੇਗਾ ਅਤੇ ਪਤਾ ਹੋਣਾ ਵੀ ਚਾਹੀਦਾ, ਪਰ ਸ਼ਹੀਦ ਊਧਮ ਸਿੰਘ ਤੋਂ 26 ਸਾਲ ਪਹਿਲਾਂ ਵੀ ਇੱਕ ਸਿੱਖ ਯੋਧਾ ਹੋਇਆ ਹੈ ਜਿਸ ਨੇ ਇੱਕ ਗੋਰੇ ਅਫਸਰ ਨੂੰ ਗੱਡੀ ਚਾੜਿਆ ਸੀ। ਪਰ ਬੜੇ ਅਫਸੋਸ ਨਾਲ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਇਸ ਸੂਰਮੇ ਬਾਰੇ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ। ਇਹ ਵੀਡੀਓ ਬਣਾਉਣ ਤੱਕ ਮੈਂ ਵੀ ਉਹਨਾਂ ਵਿੱਚੋਂ ਹੀ ਇੱਕ ਸੀ। ਸੋ ਚਲੋ ਤੁਹਾਨੂੰ ਭਾਈ ਮੇਵਾ ਸਿੰਘ ਦੇ ਜੀਵਨ, ਸ਼ਹੀਦੀ ਅਤੇ ਉਹਨਾਂ ਦੇ ਕਾਰਨਾਮਿਆਂ ਤੋਂ ਜਾਣੂ ਕਰਵਾਉਂਦੇ ਹਾਂ। ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਗੱਲ ਦੀ ਸਮਝ ਆਵੇ। ਇਹ ਇਤਿਹਾਸ ਸ਼ੁਰੂ ਹੁੰਦਾ ਹੈ ਅੰਮ੍ਰਿਤਸਰ ਦੇ ਇੱਕ ਪਿੰਡ ਲੋਪੋਕੇ ਤੋਂ। ਇਸ ਲੋਪੋਕੇ ਪਿੰਡ ਵਿਖੇ ਸਰਦਾਰ ਮੇਵਾ ਸਿੰਘ ਦਾ ਜਨਮ ਹੁੰਦਾ ਹੈ। ਬਚਪਨ ਸਾਰਾ ਮੇਵਾ ਸਿੰਘ ਦਾ ਇਸੇ ਪਿੰਡ ਵਿੱਚ ਗੁਜ਼ਰਦਾ ਹੈ। ਜਵਾਨੀ ਦੇ ਸਮੇਂ ਪੰਜਾਬ ਵਿਖੇ ਕੋਈ ਆਪਣਾ ਚੰਗਾ ਭਵਿੱਖ ਨਾ ਦੇਖਦੇ ਹੋਏ ਮੇਵਾ ਸਿੰਘ ਕੈਨੇਡਾ ਜਾਣ ਲਈ ਸੋਚਦੇ ਆ, ਕਿਉਂਕਿ ਉਹਨਾਂ ਸਮਿਆਂ ਵਿੱਚ ਭਾਰਤ ਉੱਪਰ ਬ੍ਰਿਟਿਸ਼ ਗੌਰਮੈਂਟ ਦਾ ਰਾਜ ਸੀ ਅਤੇ ਕੈਨੇਡਾ ਵੀ ਬ੍ਰਿਟਿਸ਼ ਰਾਜ ਦੇ ਅੰਦਰ ਹੀ ਆਉਂਦਾ ਸੀ। ਸੋ 1906 ਵਿੱਚ ਸਰਦਾਰ ਮੇਵਾ ਸਿੰਘ ਭਾਰਤ ਤੋਂ ਸਮੁੰਦਰੀ ਜਹਾਜ਼ ਰਾਹੀਂ ਕੈਨੇਡਾ ਵੱਲ ਤੁਰ ਪੈਂਦੇ ਆ। ਕੈਨੇਡਾ ਪਹੁੰਚ ਕੇ ਸਭ ਤੋਂ ਪਹਿਲਾਂ ਉਹ ਵੈਨਕੂਵਰ ਵਿੱਚ ਆਉਂਦੇ ਆ ਅਤੇ ਇੱਥੇ ਉਹ ਇੱਕ ਮਿੱਲ ਵਿੱਚ ਨੌਕਰੀ ਕਰਨ ਲੱਗ ਜਾਂਦੇ। ਉਹਨਾਂ ਸਮਿਆਂ ਵਿੱਚ ਪੰਜਾਬ ਜਾਂ ਭਾਰਤ ਦੇ ਲੋਕ ਅੰਗਰੇਜ਼ ਦੇ ਸ਼ਾਸਨ ਤੋਂ ਬਹੁਤੇ ਖੁਸ਼ ਨਹੀਂ ਸੀ, ਕਿਉਂਕਿ ਉਸ ਸਮੇਂ ਹਰ ਕਾਨੂੰਨ ਅੰਗਰੇਜ਼ ਸਰਕਾਰ ਆਪਣੇ ਫਾਇਦੇ ਲਈ ਹੀ ਬਣਾਉਂਦੀ ਸੀ। ਸਰਕਾਰ ਵੱਲੋਂ ਦੇਸ਼ ਨੂੰ ਬਸ ਲੁੱਟਿਆ ਹੀ ਜਾ ਰਿਹਾ ਸੀ, ਜਿਸ ਨਾਲ ਦੇਸ਼ ਦੀ ਮਾਲੀ ਹਾਲਤ ਬਹੁਤ ਖਸਤਾ ਹੋ ਰਹੀ ਸੀ। ਸੋ ਪੰਜਾਬ ਦੇ ਸਿੱਖਾਂ ਨੇ ਚੰਗੇ ਭਵਿੱਖ ਲਈ ਬਾਹਰਲੇ ਦੇਸ਼ਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਸੀ। ਇਸ ਸਮੇਂ ਤੱਕ ਕੈਨੇਡਾ ਵਿੱਚ ਕਾਫ਼ੀ ਸਿੱਖ ਲੋਕ ਵੀ ਪਹੁੰਚ ਚੁੱਕੇ ਸਨ, ਪਰ ਇਹਨਾਂ ਸਿੱਖਾਂ ਦੀ ਹਾਲਤ ਬਹੁਤ ਹੀ ਚੰਗੀ ਨਹੀਂ ਸੀ ਕੈਨੇਡਾ ਵਿੱਚ, ਕਿਉਂਕਿ ਉਹਨਾਂ ਸਮਿਆਂ ਵਿੱਚ ਸਿੱਖਾਂ ਨਾਲ ਬਹੁਤ ਵਿਤਕਰਾ ਕੀਤਾ ਜਾਂਦਾ ਸੀ। ਉਸ ਸਮੇਂ ਦੀ ਕੈਨੇਡਾ ਦੀ ਸਰਕਾਰ ਵੀ ਏਸ਼ੀਆ ਦੇ ਲੋਕਾਂ ਖਿਲਾਫ ਕਾਲੇ ਕਾਨੂੰਨ ਬਣਾ ਰਹੀ ਸੀ। 1907 ਵਿੱਚ ਕੈਨੇਡਾ ਦੀ ਸਰਕਾਰ ਨੇ ਉੱਥੇ ਰਹਿੰਦੇ ਭਾਰਤੀਆਂ ਤੋਂ ਵੋਟ ਦਾ ਹੱਕ ਵੀ ਖੋਹ ਲਿਆ ਸੀ। ਸੋ ਸਿੱਖਾਂ ਨੂੰ ਉਸ ਸਮੇਂ ਤੱਕ ਸਮਝ ਆ ਚੁੱਕੀ ਸੀ ਕਿ ਇਸ ਤਰ੍ਹਾਂ ਸਾਡੇ ਸਾਰੇ ਹੱਕ ਖੋਏ ਜਾ ਰਹੇ ਹਨ ਅਤੇ ਸਾਨੂੰ ਹੁਣ ਅਦਾਲਤਾਂ ਵਿੱਚ ਵੀ ਕੋਈ ਨਿਆਂ ਨਹੀਂ ਮਿਲੇਗਾ। ਇਸ ਲਈ ਸਿੱਖਾਂ ਨੇ ਲਾਮਬੰਦ ਹੋ ਕੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਨੇ ਇੱਕ ਖਾਲਸਾ ਦੀਵਾਨ ਸੁਸਾਇਟੀ ਨਾਮ ਦੀ ਇੱਕ ਸੰਸਥਾ ਬਣਾਈ ਅਤੇ ਕੈਨੇਡਾ ਵਿੱਚ ਗੁਰੂ ਘਰ ਬਣਾਉਣੇ ਸ਼ੁਰੂ ਕਰ ਦਿੱਤੇ। ਕੈਨੇਡਾ ਵਿੱਚ ਬਣਾਏ ਗਏ ਪਹਿਲੇ ਗੁਰਦੁਆਰੇ ਵਿੱਚ ਸਰਦਾਰ ਮੇਵਾ ਸਿੰਘ ਨੇ ਖਾਸ ਭੂਮਿਕਾ ਨਿਭਾਈ ਸੀ। ਇਸੇ ਗੁਰੂ ਘਰ ਵਿੱਚ ਹੀ 21 ਜੂਨ 1908 ਨੂੰ ਸਰਦਾਰ ਮੇਵਾ ਸਿੰਘ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਅਤੇ ਉਸ ਸਮੇਂ ਉਹ ਨਵੇਂ ਬਣੇ ਗੁਰੂ ਘਰਾਂ ਦੀ ਸੇਵਾ ਵਿੱਚ ਜੁਟ ਗਏ ਸਨ। ਉਹ ਵੈਨਕੂਵਰ ਦੀ ਮਿੱਲ ਵਿੱਚ ਆਪਣੀ ਨੌਕਰੀ ਵੀ ਕਰਦੇ ਸਨ ਅਤੇ ਗੁਰਦੁਆਰੇ ਵਿੱਚ ਪਾਠੀ ਸਿੰਘ ਵਜੋਂ ਸੇਵਾ ਵੀ ਨਿਭਾਉਂਦੇ ਸੀ। ਮਿੱਲ ਵਿੱਚ ਨੌਕਰੀ ਕਰਦਿਆਂ ਅਤੇ ਵੈਨਕੂਵਰ ਵਿੱਚ ਰਹਿੰਦਿਆਂ ਸਰਦਾਰ ਮੇਵਾ ਸਿੰਘ ਕੈਨੇਡਾ ਦੀ ਰਾਜਨੀਤੀ ਤੋਂ ਚੰਗੀ ਤਰ੍ਹਾਂ ਵਾਕਫ ਹੋ ਚੁੱਕੇ ਸੀ। ਉਹਨਾਂ ਦਿਨਾਂ ਵਿੱਚ ਗਦਰ ਪਾਰਟੀ ਦਾ ਕੈਨੇਡਾ ਅਤੇ ਅਮਰੀਕਾ ਵਿੱਚ ਵੀ ਟਿਕਾਣਾ ਸੀ, ਜਿੱਥੇ ਬੈਠ ਕੇ ਉਹ ਭਾਰਤ ਦੀ ਆਜ਼ਾਦੀ ਲਈ ਮੀਟਿੰਗਸ ਅਤੇ ਹੋਰ ਪਲੈਨਿੰਗ ਵਗੈਰਾ ਕਰਦੇ ਹੁੰਦੇ ਸੀ। ਇਸ ਗੱਲ ਤੋਂ ਬ੍ਰਿਟਿਸ਼ ਸਰਕਾਰ ਵੀ ਜਾਣੂ ਸੀ। ਸੋ ਇੱਕ ਪਾਸੇ ਦੀ ਗਦਰ ਪਾਰਟੀ ਰਾਹੀਂ ਸੰਘਰਸ਼ ਕਰਦੇ ਸਿੱਖ ਸਨ ਅਤੇ ਦੂਜੇ ਪਾਸੇ ਸੀ ਵੈਨਕੂਵਰ ਦਾ ਦੁਸ਼ਟ ਇਮੀਗ੍ਰੇਸ਼ਨ ਅਫਸਰ ਵਿਲੀਅਮ ਹੌਪਕਿੰਸਨ। ਇਸ ਅੰਗਰੇਜ਼ ਅਫਸਰ ਨੂੰ ਕੁਝ ਗੱਦਾਰ ਪੰਜਾਬੀ ਸੂਹਾਂ ਵੀ ਦਿੰਦੇ ਸੀ। ਇਹ ਅੰਗਰੇਜ਼ ਅਫਸਰ ਹੌਪਕਿੰਸਨ ਪਹਿਲਾਂ ਪੰਜਾਬ ਅਤੇ ਫਿਰ ਕਲਕੱਤੇ ਵਿੱਚ ਬ੍ਰਿਟਿਸ਼ ਸਰਕਾਰ ਲਈ ਪੁਲਿਸ ਦੀ ਨੌਕਰੀ ਵੀ ਕਰ ਚੁੱਕਾ ਸੀ। ਇਸ ਦਾ ਪਿਓ ਇੱਕ ਅੰਗਰੇਜ਼ ਅਫਸਰ ਸੀ ਪਰ ਮਾਂ ਇੱਕ ਭਾਰਤੀ ਸੀ, ਇਸ ਕਰਕੇ ਇਹ ਪੰਜਾਬੀ ਅਤੇ ਹਿੰਦੀ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਸੀ ਅਤੇ ਪੰਜਾਬੀ ਬੋਲ ਵੀ ਲੈਂਦਾ ਸੀ। ਇਸ ਅੰਗਰੇਜ਼ ਅਫਸਰ ਨੇ ਗਦਰ ਪਾਰਟੀ ਪਾੜਨ ਲਈ ਅਤੇ ਉਹਨਾਂ ਦੀ ਪਲੈਨਿੰਗ ਜਾਣਨ ਲਈ ਕੁਝ ਮੁਖਬਰ ਵੀ ਵਿੱਚ ਪਾਏ ਹੋਏ ਸੀ, ਜਿਸ ਵਿੱਚ ਬੇਲਾ ਸਿੰਘ ਨਾਮ ਦਾ ਪੰਜਾਬੀ ਮੋਹਰੀ ਸੀ। ਇਹ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦੇ ਜਿਆਣ ਪਿੰਡ ਤੋਂ ਸੀ। ਇਹ ਬੇਲਾ ਸਿੰਘ ਸਿੱਖਾਂ ਦੀਆਂ ਮੀਟਿੰਗਾਂ ਵਿੱਚ ਸ਼ਾਮਿਲ ਹੋ ਜਾਂਦਾ ਸੀ ਅਤੇ ਸਾਰੀ ਰਿਪੋਰਟਿੰਗ ਫਿਰ ਹੌਪਕਿੰਸਨ ਨੂੰ ਦੇ ਦਿੰਦਾ ਸੀ। ਇਸ ਸਮੇਂ ਭਾਈ ਮੇਵਾ ਸਿੰਘ ਨੇ ਵੀ ਗਦਰ ਪਾਰਟੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦ ਗਦਰੀ ਬਾਬੇ ਆਪਣੀ ਕਾਰਵਾਈ ਲਈ ਪੰਜਾਬ ਨੂੰ ਪਰਤਣ ਲੱਗੇ ਤਾਂ ਹੌਪਕਿੰਸਨ ਦੀ ਸ਼ਹਿ 'ਤੇ
ਬੇਲਾ ਸਿੰਘ ਨੇ 5 ਸਤੰਬਰ 1914 ਨੂੰ ਵੈਨਕੂਵਰ ਦੇ ਗੁਰੂ ਘਰ ਵਿੱਚ ਇਕੱਠੀ ਹੋਈ ਸੰਗਤ ਉੱਤੇ ਗੋਲੀਆਂ ਚਲਾ ਦਿੱਤੀਆਂ। ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਭਾਈ ਵਤਨ ਸਿੰਘ ਸੰਗਤ ਨੂੰ ਬਚਾਉਂਦੇ ਹੋਏ ਸ਼ਹੀਦ ਹੋ ਗਏ। ਇਹਨਾਂ ਤੋਂ ਇਲਾਵਾ ਉੱਥੇ ਮੌਜੂਦ ਸੰਗਤ ਵਿੱਚੋਂ 5 ਹੋਰ ਸਿੰਘ ਵੀ ਸ਼ਹੀਦ ਹੋ ਗਏ। ਇਹ ਘਟਨਾ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਦਰਦਨਾਕ ਪੰਨਾ ਸੀ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਸਿੱਖ ਆਗੂਆਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਮੇਵਾ ਸਿੰਘ ਜੀ ਵੀ ਉਸ ਸਮੇਂ ਸੰਗਤ ਵਿੱਚ ਹੀ ਮੌਜੂਦ ਸਨ ਜਦ ਸੰਗਤ ਉੱਤੇ ਗੋਲੀ ਚਲਾਈ ਗਈ ਸੀ। ਇਸ ਘਟਨਾ ਨੇ ਉਹਨਾਂ ਦਾ ਹਿਰਦਾ ਪੂਰੀ ਤਰ੍ਹਾਂ ਵਲੂੰਦਰ ਦਿੱਤਾ ਸੀ। ਭਾਈ ਮੇਵਾ ਸਿੰਘ ਦੀ ਨਜ਼ਰ ਵਿੱਚ ਇਸ ਦੁਖਾਂਤ ਲਈ ਅੰਗਰੇਜ਼ ਅਫਸਰ ਹੌਪਕਿੰਸਨ ਅਤੇ ਰੀਡ ਮੁੱਖ ਦੋਸ਼ੀ ਸਨ, ਜਿਨ੍ਹਾਂ ਵੱਲੋਂ ਇਹ ਸਾਰਾ ਕਾਰਾ ਪਲੈਨ ਕੀਤਾ ਗਿਆ ਸੀ। ਇਸ ਉਪਰੰਤ ਇਸ ਸਾਰੀ ਗੋਲੀਬਾਰੀ ਲਈ ਵੈਨਕੂਵਰ ਦੇ ਕੋਰਟ ਵਿੱਚ ਮੁਕੱਦਮਾ ਚੱਲਿਆ, ਪਰ ਦੁਸ਼ਟ ਵਿਲੀਅਮ ਹੌਪਕਿੰਸਨ ਦੋਸ਼ੀ ਬੇਲਾ ਸਿੰਘ ਦੇ ਪੱਖ ਵਿਚ ਆਣ ਕੇ ਖੜ ਗਿਆ, ਜਿਸ ਦਾ ਕਹਿਣਾ ਸੀ ਕਿ ਬੇਲਾ ਸਿੰਘ ਨੇ ਸੈਲਫ ਡਿਫੈਂਸ ਵਿੱਚ ਗੋਲੀ ਚਲਾਈ ਹੈ। ਸੋ ਸਿੱਖ ਚੰਗੀ ਤਰ੍ਹਾਂ ਜਾਣੂ ਸਨ ਕਿ ਹੌਪਕਿੰਸਨ ਬੇਲਾ ਸਿੰਘ ਨੂੰ ਸਜ਼ਾ ਨਹੀਂ ਹੋਣ ਦੇਵੇਗਾ। ਸੋ ਇਸ ਅਨਿਆਇ ਦੇ ਵਿਰੁੱਧ ਮੇਵਾ ਸਿੰਘ ਨੇ ਖੁਦ ਨਿਆਂ ਕਰਨ ਦਾ ਫੈਸਲਾ ਕਰ ਲਿਆ। ਮੁਕੱਦਮੇ ਦੀ ਤਰੀਕ ਨੂੰ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਦੇਣ ਲਈ ਹੌਪਕਿੰਸਨ ਅਦਾਲਤ ਪਹੁੰਚਿਆ। ਅਜੇ ਹੌਪਕਿੰਸਨ ਬਰਾਂਡੇ ਵਿੱਚ ਹੀ ਪਹੁੰਚਿਆ ਸੀ ਜਦੋਂ ਭਾਈ ਮੇਵਾ ਸਿੰਘ ਨੇ ਉਸ ਨੂੰ ਦਬੋਚ ਲਿਆ ਤੇ ਇੱਕ ਹੱਥ ਵਿੱਚ ਪਿਸਤੌਲ ਤੇ ਦੂਜੇ ਵਿੱਚ ਰਿਵਾਲਵਰ ਲੈ ਕੇ ਦੋਨੋਂ ਹੱਥਾਂ ਨਾਲ ਵਾਰੋ ਵਾਰੀ ਗੋਲੀਆਂ ਚਲਾਈਆਂ। ਹੌਪਕਿੰਸਨ ਦੀ ਛਾਤੀ ਛੰਨਣੀ ਕਰ ਦਿੱਤੀ। ਸੋ ਇਹ ਅੰਗਰੇਜ਼ ਅਫਸਰ ਉਸੇ ਜਗ੍ਹਾ ਮਾਰਿਆ ਗਿਆ। ਅੰਗਰੇਜ਼ ਅਫਸਰ ਨੂੰ ਗੋਲੀਆਂ ਮਾਰਨ ਉਪਰੰਤ ਮੇਵਾ ਸਿੰਘ ਲੋਪੋ ਕੇ ਉੱਥੋਂ ਭੱਜੇ ਨਹੀਂ, ਸਗੋਂ ਕੋਰਟ ਵਿੱਚ ਮੌਜੂਦ ਸਿਕਿਉਰਿਟੀ ਨੂੰ ਆਪਣੇ ਹਥਿਆਰ ਸੌਂਪ ਕੇ ਉੱਥੇ ਹੀ ਖੜ੍ਹੇ ਰਹੇ ਜਦੋਂ ਤੱਕ ਕਿ ਪੁਲਿਸ ਉੱਥੇ ਨਹੀਂ ਆ ਗਈ ਅਤੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਲਿਆ ਗਿਆ। ਸੋ ਅੰਗਰੇਜ਼ ਅਫਸਰ ਦੇ ਕਤਲ ਕਰਨ ਦੇ ਦੋਸ਼ ਵਿੱਚ ਭਾਈ ਮੇਵਾ ਸਿੰਘ ਦੇ ਵਿਰੁੱਧ ਇੱਕ ਮੁਕੱਦਮਾ ਚਲਾਇਆ ਗਿਆ। 30 ਅਕਤੂਬਰ 1914 ਨੂੰ ਭਾਈ ਮੇਵਾ ਸਿੰਘ ਦੇ ਮੁਕਾਦਮੇ ਦੀ ਸੁਣਵਾਈ ਹੋਈ। ਇਸ ਕੇਸ ਦੇ ਫੈਸਲੇ ਬਾਰੇ ਤਾਂ ਭਾਈ ਸਾਹਿਬ ਨੂੰ ਪਹਿਲਾਂ ਹੀ ਪਤਾ ਸੀ, ਪਰ ਇਸ ਮੁਕੱਦਮੇ ਦੌਰਾਨ ਉਹਨਾਂ ਨੇ ਕੁਝ ਇਤਿਹਾਸਿਕ ਬਿਆਨ ਦਿੱਤੇ। ਇਹ ਬਿਆਨ ਇਸ ਤਰ੍ਹਾਂ ਸੀ ਕਿ ਮੇਰਾ ਨਾਮ ਮੇਵਾ ਸਿੰਘ ਹੈ ਅਤੇ ਮੈਂ ਰੱਬ ਤੋਂ ਡਰਨ ਵਾਲਾ ਅਤੇ ਉਸ 'ਤੇ ਵਿਸ਼ਵਾਸ ਰੱਖਣ ਵਾਲਾ ਬੰਦਾ ਹਾਂ ਜੋ ਹਰ ਰੋਜ਼ ਅਰਦਾਸ ਕਰਦਾ ਹੈ। ਮੇਰੀ ਜ਼ੁਬਾਨ ਵਿੱਚ ਐਸੇ ਸ਼ਬਦ ਨਹੀਂ ਹਨ ਜੋ ਇਹ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਅਤੇ ਮੇਰੇ ਸਾਰੇ ਸਿੱਖ ਭਰਾਵਾਂ ਨੂੰ ਕਿਹੜੇ ਕਿਹੜੇ ਦੁੱਖ ਝੱਲਣੇ ਪਏ ਹਨ। ਅਸੀਂ ਸਿੱਖ ਗੁਰਦੁਆਰੇ ਵਿੱਚ ਅਰਦਾਸ ਕਰਨ ਜਾਂਦੇ ਹਾਂ, ਪਰ ਇਹਨਾਂ ਪਾਪੀਆਂ ਨੇ ਗੁਰਦੁਆਰੇ ਵਿੱਚ ਗੋਲੀਆਂ ਚਲਾ ਕੇ ਅਤੇ ਸਿੰਘਾਂ ਦਾ ਕਤਲ ਕਰਕੇ ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ ਅਤੇ ਇਹਨਾਂ ਪਾਪੀਆਂ ਨੇ 2 ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵੱਲੋਂ ਕੀਤੇ ਇਹਨਾਂ ਕਾਰਿਆਂ ਨੇ ਮੇਰੇ ਸੀਨੇ ਵਿੱਚ ਅੱਗ ਲਾ ਦਿੱਤੀ। ਇਸ ਸਭ ਕਾਸੇ ਲਈ ਮਿਸਟਰ ਰੀਡ ਅਤੇ ਮਿਸਟਰ ਹੌਪਕਿੰਸਨ ਜ਼ਿੰਮੇਵਾਰ ਹਨ। ਮੈਂ ਆਪਣੇ ਭਾਈਚਾਰੇ ਅਤੇ ਧਰਮ ਲਈ ਹੌਪਕਿੰਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਤੁਹਾਡੀ ਚਰਚ ਵਿੱਚ ਹੋਇਆ ਹੁੰਦਾ ਤਾਂ ਤੁਸੀਂ ਈਸਾਈਆਂ ਨੇ ਵੀ ਇਹ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਜਾਗਦੀਆਂ ਜ਼ਮੀਰਾਂ ਇਹ ਸਹਿਣ ਨਹੀਂ ਕਰ ਸਕਦੀਆਂ। ਸੋ ਕਿਸੇ ਵੀ ਸਿੱਖ ਵੱਲੋਂ ਇਹ ਸਭ ਸਹਿਣ ਕਰ ਲੈਣ ਨਾਲੋਂ ਮਰ ਜਾਣਾ ਚੰਗਾ ਹੈ। ਮੈਨੂੰ ਕਿਸੇ ਵੀ ਇਨਸਾਫ ਦੀ ਉਮੀਦ ਨਹੀਂ। ਮੈਨੂੰ ਪਤਾ ਹੈ ਮੈਂ ਹੌਪਕਿੰਸਨ ਨੂੰ ਗੋਲੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ, ਅਤੇ ਮੈਂ ਇਹ ਬਿਆਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਇੱਥੇ ਕੀ ਵਰਤਾਓ ਹੁੰਦਾ ਹੈ। ਸਾਨੂੰ ਜੱਜਾਂ ਕੋਲੋਂ, ਪੁਲਿਸ ਕੋਲੋਂ ਜਾਂ ਸਰਕਾਰ ਕੋਲੋਂ ਕਦੇ ਕੋਈ ਇਨਸਾਫ ਨਹੀਂ ਮਿਲਿਆ। ਇਸ ਬਿਆਨ ਮਗਰੋਂ ਅਦਾਲਤ ਨੇ ਸਿਰਫ 1 ਘੰਟੇ ਅਤੇ 40 ਮਿੰਟਾਂ ਵਿੱਚ ਫੈਸਲਾ ਕਰਦਿਆਂ ਭਾਈ ਸਾਹਿਬ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 11 ਜਨਵਰੀ 1915 ਨੂੰ ਨਿਊ ਵੈਸਟ ਮੈਨਿਸਟਰ ਦੀ ਪ੍ਰੀਵੈਂਸ਼ੀਆ ਜੇਲ੍ਹ ਵਿੱਚ ਸਵੇਰੇ 8:15 ਭਾਈ ਮੇਵਾ ਸਿੰਘ ਹੱਸਦੇ ਹੱਸਦੇ ਫਾਂਸੀ 'ਤੇ ਚੜ੍ਹ ਗਏ। ਦੋਸਤੋ, ਇੱਥੇ ਮੇਰੀ ਇੱਕ ਛੋਟੀ ਜਿਹੀ ਬੇਨਤੀ ਨੂੰ ਪ੍ਰਵਾਨ ਕਰਿਓ ਕਿ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਕਿ ਪੰਜਾਬ ਦਾ ਬੱਚਾ ਬੱਚਾ ਭਾਈ ਮੇਵਾ ਸਿੰਘ ਤੋਂ ਜਾਣੂ ਹੋ ਜਾਵੇ ਅਤੇ ਸਾਡਾ ਇਹ ਸ਼ਹੀਦ ਸਿੱਖ ਭਗਤ ਸਿੰਘ ਅਤੇ ਕਰਤਾਰ ਸਿੰਘ ਦੀ ਕਤਾਰ ਵਿੱਚ ਮੋਢੀ ਬਣੇ। ਜੇਲ੍ਹ ਦੇ ਬਾਹਰ ਲਗਭਗ 400 ਸਿੰਘ ਵਿਰਾਗ ਵਿੱਚ ਨਾਹਰੇ ਲਗਾ ਰਹੇ ਸਨ, ਸ਼ਹੀਦ ਭਾਈ ਮੇਵਾ ਸਿੰਘ ਅਮਰ ਰਹੇ।
ਉਮੀਦ ਹੈ ਤੁਹਾਨੂੰ ਇਸ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।